ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਈ ਆਪਾਂ ਇਹ ਗੱਲ ਸਭ ਨੇ ਸੁਣੀ ਬੀਬੀਆਂ ਘਰ ਨੂੰ ਸਵਰਗ ਵੀ ਬਣਾ ਸਕਦੀਆਂ ਨੇ ਤੇ ਨਰਕ ਵੀ ਬਣਾ ਸਕਦੀਆਂ ਨੇ ਕਿਹਾ ਜਾਂਦਾ ਹੈ ਮਾਇਆ ਪੈਸਾ ਤੇ ਘਰ ਸਵਰਗ ਤੇ ਬਰਕਤ ਉਹਦੇ ਹੀ ਟਿਕਦਾ ਹੈ ਜਿਸ ਦੇ ਘਰ ਹਮੇਸ਼ਾ ਵਾਹਿਗੁਰੂ ਜੀ ਦੀ ਕਿਰਪਾ ਹੋਵੇ ਜੇ ਜਿਸ ਉਤੇ ਵਾਹਿਗੁਰੂ ਜੀ ਦੀ ਕਿਰਪਾ ਹੋ ਜੇ ਫਿਰ ਉਸ ਨੂੰ ਰਾਜਾ ਵੀ ਬਣਾ ਦਿੰਦੇ ਨੇ ਉਹ ਤਾਂ ਬਿਖਾਰੀ ਨੂੰ ਰਾਜਾ ਬਣਾਉਣ ਦੀ ਵੀ ਤਾਕਤ ਰੱਖਦੇ ਨੇ ਆਪਾਂ ਜਾਣੇ-ਅਣਜਾਣੇ ਕਈ ਐਵੇਂ ਦੀਆਂ ਗਲਤੀਆਂ ਕਰ ਬੈਠਦੇ ਆ ਜਿਸ ਦੇ ਨਾਲ ਆਪਣੇ ਘਰੋਂ ਮਾਇਆ ਬਰਕਤ ਹਮੇਸ਼ਾ ਲਈ ਰੁੱਸ ਜਾਂਦੀ ਹੈ ਫਿਰ ਆਓ ਜਾਣਦੇ ਹਾਂ ਕਿਹੜੀਆਂ ਗਲਤੀਆਂ ਨੇ ਜਿਸ ਤੇ ਕਾਰਨ ਮਾਇਆ ਬਰਕਤ ਆਪਣੇ ਘਰੋਂ ਨਾਰਾਜ਼ ਹੋ ਕੇ ਚਲੀ ਜਾਂਦੀ ਪਹਿਲੀ ਗੱਲ ਬੀਬੀਆਂ ਨੂੰ ਕਦੇ ਵੀ ਜੋ ਆਪਣਾ ਗੈਸ ਚੁੱਲਾ ਹੁੰਦਾ ਹੈ ਇਹਦੇ ਉੱਤੇ ਕਦੇ ਵੀ ਖਾਲੀ ਤੇ ਝੂਠੇ ਪਾਂਡੇ ਨਹੀਂ ਰੱਖਣੇ ਚਾਹੀਦੇ ਹਮੇਸ਼ਾ ਚੁੱਲਾ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਇਹਦੇ ਨਾਲ ਘਰ ਸੁੱਖ ਸ਼ਾਂਤੀ ਤੇ ਸਮ੍ਰiddhi ਆਉਂਦੀ ਸਮਾਜ ਵਿੱਚ ਵੀ ਮਾਨ ਸਨਮਾਨ ਮਿਲਦਾ ਹੈ ਪੁਰਾਤਨ ਲੋਕ ਕਿਹਾ ਕਰਦੇ ਸੀ ਦੇ ਚੁੱਲ੍ਹੇ ਤੇ ਖਾਲੀ ਪਾਂਡੇ ਰੱਖਦੇ ਆ ਆਪਾਂ ਜੋ ਰੱਖ ਕੇ ਛੱਡਦੇ ਨੇ ਝੂਠੇ ਪਾਂਡੇ ਰੱਖ ਕੇ ਛੱਡਦੇ ਨੇ ਇਹ ਗਰੀਬੀ ਤੇ ਦਲੇਦਰ ਦਾ ਵਾਸ ਕਰਾਉਂਦੇ ਨੇ ਕਹਿੰਦੇ ਨੇ ਐਵੇਂ ਦੇ ਕਰਾਂ ਵਿੱਚ ਤੇ ਫਿਰ ਕਦੀ ਵੀ ਬਰਕਤ ਨਹੀਂ ਆਉਂਦੀ ਤੇ ਦੂਸਰੀ ਗੱਲ ਉਹ ਕਹਿੰਦੇ ਨੇ ਵੀ ਜੇਸਕਰ ਸੂਰਜ ਚੜਨ ਤੋਂ ਪਹਿਲਾਂ ਤੇ ਸੂਰਜ ਡੁੱਬਣ ਤੋਂ ਪਹਿਲਾਂ ਲੋਕ ਸੁੱਤੇ ਰਹਿੰਦੇ ਨੇ ਇਹ ਬੜਾ ਜ਼ਿਆਦਾ ਹੀ ਗਲਤ ਕੰਮ ਹੈ ਐਨੇ ਕਰਨਾਲ ਜੋ ਵੀ ਮਾਇਆ ਬਰਕਤ ਉਹ ਕਦੀ ਵੀ ਉਸ ਘਰ ਵਾਸ ਨਹੀਂ ਕਰਦੀ ਕਿਉਂਕਿ ਜਿਸ ਘਰ ਸੂਰਜ ਉੱਗਣ ਤੋਂ ਪਹਿਲਾਂ ਉੱਠ ਕੇ ਲੋਕ ਘਰ ਦੇ ਪਰਦੇ ਪਾਸੇ ਕਰਕੇ ਬੁਹੇ-ਬਾਰੀਆਂ ਖੋਲਦੇ ਨੇ ਉੱਥੇ ਹਮੇਸ਼ਾ ਬਰਕਤ ਵਾਸ ਕਰਦੀ ਤੇ ਜਿਸ ਘਰ ਸ਼ਾਮ ਨੂੰ ਸੂਰਜ ਡੁੱਬਣ ਤੋਂ ਪਹਿਲਾਂ ਹੀ ਲੋਕ ਸੁੱਤੇ ਰਹਿੰਦੇ ਨੇ ਉੱਥੇ ਹਮੇਸ਼ਾ ਦਲੀਦਰਵਾਜ਼ ਕਰਦਾ ਜੀ ਜੋ ਕਹਿੰਦੇ ਨੇ ਕਿ ਜਿਸ ਘਰ ਹਮੇਸ਼ਾ ਨਲ ਕੇ ਟੂਟੀਆਂ ਤੋਂ ਪਾਣੀ ਟਪਕਦਾ ਰਹਿੰਦਾ ਹੈ ਕਹਿੰਦੇ ਉਸ ਘਰ ਹਮੇਸ਼ਾ ਆਰਥਿਕ ਨੁਕਸਾਨ ਹੁੰਦਾ ਹੀ ਹੁੰਦਾ ਹੈ ਕਹਿੰਦੇ ਜਿੱਥੇ ਜਲ ਦਾ ਆਦਰ ਸਤਕਾਰ ਨਹੀਂ ਨਾ ਕੀਤਾ ਜਾਂਦਾ ਉਸ ਘਰ ਹਮੇਸ਼ਾ ਦਲੀਦਰਵਾਜ਼ ਨਾ ਵਾਸਾ ਕਰਕੇ ਬੈਠ ਜਾਂਦਾ ਇਹ ਗਲਤੀਆਂ ਨਾ ਕਰੀਏ ਤੇ ਹਮੇਸ਼ਾ ਸੁਚੱਜੇ ਢੰਗ ਨਾਲ ਆਪਣਾ ਘਰ ਚ ਚਲਾਈਏ ਤੇ ਤੈਨੂੰ ਸਵਰਗ ਮਿਨਾਈਏ